ਪੰਜਾਬੀ ਮਸਲਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਜੇਕਰ ਆਪਾਂ ਗੱਲ ਕਰੀਏ ਸਿੱਧੂ ਮੂਸੇਵਾਲ ਦੀ ਮੂਵ ਸਟੇਪ 'ਚੋਂ ਸਭ ਤੋਂ ਜ਼ਿਆਦਾ ਲਾਈਕ ਕੀਤੇ ਜਾਣ ਵਾਲੇ ਸੌਂਗ ਦੀ ਤਾਂ ਉਹ ਰਿਹਾ 295, ਜਿਹਨੂੰ ਕਿ 14 ਲੱਖ ਲਾਈਕ ਮਿਲੇ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 295 ਸੌਂਗ ਮੂਵ ਸਟੇਪ ਦਾ ਦੂਜਾ ਸਭ ਤੋਂ ਜ਼ਿਆਦਾ ਵਿਊਜ਼ ਲੈਣ ਵਾਲਾ ਸੌਂਗ ਰਿਹਾ। ਹੁਣ ਗੱਲ ਕਰਦੇ ਜੀ ਮੂਵ ਸਟੇਪ 'ਚੋਂ ਸਭ ਤੋਂ ਘੱਟ ਲਾਈਕ ਕੀਤੇ ਜਾਣ ਵਾਲੇ ਸੌਂਗ ਦੀ, ਉਹ ਰਿਹਾ BSW, ਜਿਸਨੂੰ ਕਿ ਸਿਰਫ 3,40,000 ਲਾਈਕ ਹੀ ਮਿਲੇ। ਬਾਕੀ ਤੁਹਾਡਾ ਮੂਵ ਸਟੇਪ 'ਚੋਂ ਕਿਹੜਾ ਸੌਂਗ ਫੇਵਰੇਟ ਆ ਕਮੈਂਟਸ ਕਰਕੇ ਜ਼ਰੂਰ ਦੱਸਿਓ। ਹੁਣ ਗੱਲ ਕਰਦੇ ਜੀ ਐਮੀ ਵਿਰਕ ਦੀ, ਜਿਨ੍ਹਾਂ ਦੀ ਕਿ ਅਜੇ ਦੇਵਗਨ ਨਾਲ ਮੂਵੀ ਆਈ, ਜਿਸ ਤੋਂ ਬਾਅਦ ਫੈਨਸ ਕਾਫੀ ਨਿਰਾਸ਼ ਆਏ ਅਤੇ ਉਹਨਾਂ ਨੇ ਇਸ ਮੂਵੀ ਦਾ ਬਾਈਕਾਟ ਕਰ ਦਿੱਤਾ। ਹਾਂਜੀ, ਤੁਸੀਂ ਸਹੀ ਸੁਣਿਆ, ਐਮੀ ਵਿਰਕ ਦੀ ਮੂਵੀ ਸਰੀ ਵਿੱਚ ਦੇਖਣ ਤੋਂ ਪੰਜਾਬੀ ਮਨਾ ਕਰ ਰਹੇ ਨੇ। ਜੋ ਦੇਖ ਰਿਹਾ ਉਸਦੀ ਛਿੱਤਰ ਪਰੇਡ ਵੀ ਹੋ ਰਹੀ ਹੈ। ਅਤੇ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਉਹ ਵੀਡੀਓ। ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ। ਆਹ ਸਿਨੇਪਲੈਕਸ ਸਰੀ ਦੇ ਬਾਹਰ ਮੁੰਡਿਆਂ ਨੇ ਧਰਨਾ ਲਾਇਆ ਵਾ, ਕਹਿੰਦੇ ਐਮੀ ਵਿਰਕ ਦੀ ਫਿਲਮ ਨਹੀਂ ਦੇਖਣੀ, ਬਾਇਕਾਟ ਕਰਦੇ ਦਾ ਐਮੀ ਵਿਰਕ ਦਾ। ਆਪਾਂ ਦੂਜੀ ਦੇਖੀ ਹੈ ਬਈ ਯਾਰ, ਘੁੱਟਦੇ ਆ ਜਿਹੜਾ ਬਾਹਰ ਆ ਕੇ ਦੂਜੀ ਕਰਦਾ ਨੋ ਪੁਆੜਾ।